ਦੋਸਤੋ, ਤੁਹਾਨੂੰ ਅੱਜ ਪਾਕਿਸਤਾਨ ਦਾ ਜਿਹੜਾ ਕੋਰੀਡੋਰ ਬਾਰਡਰ ਆ ਉਹ ਤੁਹਾਨੂੰ ਵਿਖਾਉਂਦੇ ਹਾਂ। ਅਤੇ ਆਪਾਂ ਡੇਰਾ ਬਾਬਾ ਨਾਨਕ ਪਹੁੰਚੇ ਹੋਏ ਹਾਂ। ਮੇਰੇ ਨਾਲ ਸੋਨਾ ਅਤੇ ਸਭ ਹੀ ਆਇਆ ਵਾ, ਅਤੇ ਸੋਨੇ ਨੇ ਪਹਿਲੀ ਵਾਰੀ ਵੇਖਣਾ। ਇਹ ਲਾਗੇ ਇਹਦੇ ਬਾਰਡਰ ਆ, ਅਤੇ ਪਰ ਕਹਿੰਦਾ ਮੈਂ ਕਦੀ ਆਇਆ ਨਹੀਂ ਹਾਂ। ਅਤੇ ਮੈਂ ਕਿਹਾ ਚੱਲ ਤੈਨੂੰ ਅੱਜ ਬਾਰਡਰ ਵਿਖਾ ਕੇ ਲਿਆਉਣਾ। ਸੋਨੇ ਫਿਰ ਕਿੱਦਾਂ ਹੈ, ਚੱਲੇਗਾ ਜਾ ਕੇ ਟੱਪਣਾ ਜਾ? ਨਹੀਂ ਨਹੀਂ, ਹਾਂ ਟੱਪੀ ਨਾ ਉੱਥੇ ਬਾਰਡਰ 'ਤੇ, ਨਾ ਵਿਖਾ ਕੇ ਲਿਆਉਂਦੇ ਹਾਂ। ਬਾਕੀ ਤੁਸੀਂ ਦੋਸਤੋ ਇੱਥੋਂ ਦਾ ਮਾਹੌਲ ਚੱਲ ਵੇਖੋ ਕਿਵੇਂ ਦਾ ਵਾ, ਅਤੇ ਬਾਕੀ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ, ਕਿੰਨੀ ਕੁ ਸੰਗਤ ਪਹੁੰਚੀ ਆ। ਤੁਸੀਂ ਸਾਰੇ ਵਲੋਗ ਨੂੰ ਵੇਖੋ ਐਂਡ ਤੱਕ। ਆਓ ਜੀ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਵਲੋਗ। ਇਹ ਤੁਸੀਂ ਦੇਖ ਸਕਦੇ ਹੋ ਹੁਣ ਤੁਰਦੇ ਜਾ ਰਹੇ ਹਾਂ ਆਪਾਂ ਬਾਰਡਰ ਪਾਕਿਸਤਾਨ ਦਾ, ਜਿਹੜਾ ਆਪਣਾ ਇੰਡੀਆ ਪਾਕਿਸਤਾਨ ਦਾ ਬਾਰਡਰ ਆ। ਅਤੇ ਤੁਹਾਨੂੰ ਇੱਥੋਂ ਦਾ ਵਿਊ ਵਿਖਾ ਰਹੇ ਹਾਂ ਜਾ ਕੇ ਕਿਵੇਂ ਦਾ ਵਾ। ਬਾਕੀ ਤੁਸੀਂ ਆ ਦੇਖੋ ਸੰਗਤਾਂ ਹੋ ਗਈਆਂ ਖਾਲੀ। ਇਹ ਬਟਾਲੇ ਆਪਣੇ ਤਾਂ ਬਟਾਲੇ ਸ਼ਹਿਰ ਤੋਂ ਹੈਗਾ ਵਾ 38-40 ਕਿਲੋਮੀਟਰ ਆ। ਠੀਕ ਹੈ, ਰਸਤਾ ਜਿਹੜਾ ਨਾ ਸਿੱਧਾ ਹੀ ਬਾਰਡਰ ਬਣ ਰਿਹਾ ਵਾ, ਉਹ 'ਚ ਵਿਖਾਉਂਦੇ ਜਾ ਕੇ। ਅਤੇ ਬਾਅਦ ਵਪਾਰ ਵੀ ਕਹਿੰਦੇ ਚੱਲਣਾ ਕਰਨਾ ਵਾ, ਉਹ ਰੇੜਾ ਚੱਲਣ ਡਿਆ, ਰੇੜੇ ਚੱਲਣ ਡੇ ਜੀ। ਇਹ ਬੜੀ ਜ਼ਮੀਨ ਬਾਅਦ ਵੇਖਿਆ ਯਾਰ, ਹੁਣ ਬੰਦ ਹੋ ਗਏ, ਪਹਿਲਾਂ ਬੜੇ ਚੱਲਦੇ ਹੁੰਦੇ ਹੈ ਨਾ। ਬਾਕੀ ਇਲਾਕਾ ਯਾਰ ਨੀਵਾਂ ਵਾ ਨਾ, ਸੰਗ ਦੇ ਮੇਲੇ 'ਤੇ ਆਏ ਸੀ ਅਤੇ ਇਸੇ ਬਹਾਨੇ ਆਪਾਂ ਹੁਣ ਬਾਰਡਰ ਵੇਖਣ ਜਾ ਰਹੇ ਹਾਂ। ਫੈਡਰ ਪਹੁੰਚਦੀਆਂ ਬਹੁਤ ਆ ਰਹੀਆਂ, ਆਵਾਜ਼ ਬੜੀ ਆਉਂਦੀ ਆ, ਅਤੇ ਹੌਲੀ ਹੌਲੀ ਆਪਾਂ ਪਹੁੰਚ ਚੱਲੇ ਹਾਂ, ਬਸ ਥੋੜ੍ਹਾ ਹੀ ਰਹਿ ਗਿਆ। ਅਜੇ ਨਹੀਂ ਪਹੁੰਚੇ ਸੋਨੇ, ਇੱਥੇ ਥੋੜ੍ਹਾ ਦੂਰ ਰਹਿ ਗਿਆ। ਇੱਧਰ ਉੱਦਾਂ ਜਾਣ ਵਾਲੇ ਅੰਦਰ ਜਿਹੜੇ ਪਾਸਪੋਰਟ ਦਾ ਪਾਸਪੋਰਟ ਰਾਹੀਂ ਅਪੁਆਇੰਟਮੈਂਟ ਲੈ ਕੇ ਜਾਂਦੇ ਜਿਹੜੇ, ਉਹ ਉੱਧਰ ਨੂੰ ਜਾਂਦੇ ਆ। ਆਹ ਤਾਂ ਹੀ ਚੱਲ ਆਇਆ ਵਾ ਕਿ ਆਹ ਸੰਗਤ ਆਉਂਦੀ ਜਿਹੜੀ ਮਗਰੋਂ ਸਾਰੀ। ਆਹ ਸਾਹਮਣੇ ਬਾਰਡਰ ਆ, ਇੱਧਰ ਪੈ ਰਹੀਆਂ ਇੰਡੀਆ ਦੀਆਂ, ਉੱਧਰ ਪਾਕਿਸਤਾਨ ਦੀਆਂ ਵੀ ਤੁਹਾਨੂੰ ਵਿਖਾਉਂਦੇ ਹੈ। ਪੈਲੀਆਂ ਪੱਠੇ ਵੱਢਣ ਦੇ ਆਹ ਜਿਹੜਾ ਰਸਤਾ ਵਾ ਨਾ, ਆਹ ਜਿਹੜਾ ਸਾਹਮਣੇ ਵਾਲਾ ਰਸਤਾ ਵਾ, ਇੱਥੇ ਮਤਲਬ ਜਦੋਂ ਮਰਜ਼ੀ ਆਓ ਜਾਓ, ਇੱਥੇ ਅਸੀਂ ਬਾਰਡਰ 'ਤੇ ਖਲੋ ਕੇ ਵੇਖ ਸਕਦੇ ਹਾਂ। ਅਤੇ ਉੱਥੇ ਦੂਰਬੀਨ ਲੱਗੀ ਹੋਣੀ ਆ, ਜਾ ਕੇ ਵਿਖਾਉਂਦੇ ਹਾਂ ਸਾਰਾ। ਹਾਂ ਦੂਰਬੀਨ 'ਤੇ ਵੇਖੋ ਜਿੱਦਾਂ ਮਰਜ਼ੀ, ਤੂੰ ਪਹਿਲੀ ਜਾਣੀ ਆਇਆ ਯਾਰ, ਤੈਨੂੰ ਤਾਂ ਆ ਜਾਣਾ ਚਾਹੀਦਾ। ਤੇਰੇ ਲਾਗੇ ਲੱਗਦਾ ਆਹ ਦੇਰ ਵੇਰ ਲੱਗਦਾ, ਕਦੀ ਦੱਸਿਆ ਹੀ ਕਿਸੇ ਦੇਰ ਖਾਣੀ ਆਉਂਦਿਆਂ ਖਾਂਦੇ ਹੈ। ਠੀਕ ਹੈ, ਵਧੀਆ ਦੁਕਾਨਾਂ ਦੁਕਾਨਾਂ ਲੱਗੀਆਂ, ਉੱਥੇ ਗੁਰਦੁਆਰਾ ਵੀ ਹੈਗਾ ਲਾਗੇ ਇੱਕ। ਹਾਂ ਸਾਰੀ ਸੰਗਤ ਆਉਣ ਡੀ ਆ, ਇਹ ਸੰਗਤ ਕਿੰਨੀ ਭੀੜ ਹੋਈ ਹੋਈ ਤਾਂ ਸਹੀ ਆ, ਉਹ ਵੇਖ ਭੀੜ ਹੋਈ ਕਿੰਨੀ। ਸਾਹਮਣੇ ਹੀ ਆ ਕੇ ਭੀੜ ਬੜੀ ਯਾਰ ਹੈ ਨਾ, ਆਪਣਾ ਇੱਧਰ ਲੱਗਾ। ਤੂੰ ਵੀ ਨਾ ਆ ਜਾ, ਤੂੰ ਵੀ ਨਾ ਆ ਜਾ। ਇੱਦਾਂ ਹੀ ਆ ਕੇ ਕਿਸ਼ਤੀ ਲੱਗੀ ਆ,
ਬਹਿਣਾ ਬਾਈ ਬਹਿਣਾ ਜੀ ਹਾਂ ਜਾਣਾ ਜੀ ਕਿਸ਼ਤੀ ਤੇ ਕਿੱਦਾਂ ਕਿੱਦਾਂ ਕਿਸ਼ਤੀ ਤੇ ਆ ਜਾਣਾ ਆ ਜਾ ਆ ਸੋਨੇ ਆ ਉੱਥੇ ਹੀ ਸੋਨਾ ਆ ਜਾ ਚੱਲ ਦੇਖ ਜਾਜ ਕਹੇਗਾ ਤੂੰ ਵਿਖਾ ਲੈਣੀ ਸਾਰੀ ਸੰਗਤ ਜਾਣਾ ਤੂੰ ਵੀ ਜਾਣਾ ਜਾਣਾ ਆਹੋ ਦਰਸ਼ਨ ਮੇਲੇ ਕਰਕੇ ਆਵਾਂਗੇ ਯਾਰ ਬਾਬਾ ਮੇਹਰ ਕਰੇ ਬਹੁਤ ਜਲਦੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਵਾਂਗੇ ਅਤੇ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਅਤੇ ਹੁਣ ਫਿਲਹਾਲ ਸੰਗਤ ਤੁਸੀਂ ਦੇਖ ਸਕਦੇ ਹੋ ਕਾਫੀ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਵਾ ਅਤੇ ਦਰਸ਼ਨ ਮੇਲੇ ਕਰ ਲਈਆਂ ਵਾ ਅਤੇ ਤੁਸੀਂ ਦੇਖ ਸਕਦੇ ਹੋ ਮਿਲ ਗਿਆ ਸੋਨੀਆ ਮਿਲ ਗਿਆ ਸਾਬੀ ਜੁੜੀ ਨਹੀਂ ਮਿਲਿਆ ਲਾ ਪੀ ਲਾ ਮਿਲਿਆ ਸਾਬੀ ਨਹੀਂ ਮਿਲਿਆ ਸਾਬੀ ਮਿਲ ਗਿਆ ਕੀ ਗੱਲ ਕੀ ਹੋਈ ਸਾਬੀ ਵੀ ਹੁਣ ਆਪਾਂ ਦੋਸਤੋ ਵਧੀਆ ਲੱਗਾ ਬਹੁਤ ਵਧੀਆ ਲੱਗਾ ਉੱਥੇ ਅਸੀਂ ਮੈਡਲ ਤੋਂ ਹੋਏ ਹਾਂ ਅਤੇ ਬਾਕੀ ਸਾਬੀ ਨੂੰ ਅਤੇ ਸੋਨੀ ਨੂੰ ਵੀ ਪੁੱਛਦੇ ਹਾਂ ਕਿਵੇਂ ਦਾ ਲੱਗਾ ਕਿੱਦਾਂ ਦਾ ਲੱਗਾ ਸਾਬੀ ਫਿਰ ਆਣ ਕੇ ਬਹੁਤ ਵਧੀਆ ਲੱਗਾ ਬਾਰਡਰ ਤੋਂ ਵੇਖ ਕੇ ਆਏ ਹਾਂ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਜੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਜ਼ਰੂਰ ਜਾਵਾਂਗੇ ਇੱਥੇ ਵੀ ਦਰਸ਼ਨ ਸੁਣਿਆ ਤੂੰ ਸੁਣਾ ਹਾਂ ਬਹੁਤ ਵਧੀਆ ਲੱਗਾ ਇੱਥੇ ਆ ਕੇ ਚੁੱਕੋ ਜਾ ਕੇ ਪੱਥਰ ਪ੍ਰੀਤ ਮਲਕਪੁਰੀ ਪ੍ਰੀਤ ਮਲਕਪੁਰੀ ਚੁੱਕ ਲਓ ਪੱਥਰ ਮਲਕਪੁਰੀ ਸਾਡਾ ਵੀ ਹੈਗਾ ਚੰਦੂ ਨਾ ਮਨਦੀਪ ਖੰਗੂਰਾ ਜਾ ਸੋਨਾ ਨਾ ਸਹੀ ਯਾਰ ਲੱਗੇ ਪੱਥਰ ਤੋੜ ਦੇਣੇ
ਇੱਧਰ ਵਿਖਾਓ ਜੀ, ਹਾਂ ਜੀ ਆਪਣਾ ਕਰ ਲਿਓ ਯਾਰ ਸਾਰੇ ਜਣੇ ਸਬਸਕ੍ਰਾਈਬ। ਠੀਕ ਹੈ ਠੀਕ ਹੈ, ਕਿਹੜਾ ਫੋਨ ਹੈ ਉਹ ਚੁੱਕਣਾ ਨਹੀਂ ਓਏ। ਸਾਬੀ ਕਹਿੰਦਾ ਚੁੱਕਣਾ ਮੈਂ, ਚੱਲ ਸਾਬੀ ਕਹਿੰਦਾ ਚੁੱਕਣਾ। ਓਕੇ ਬਲੌਗਰ ਸਾਹਿਬ ਓਕੇ, ਚੱਲ ਹਾਂ ਕੋਈ ਮੂਨ ਮਾਰ ਕੋਈ ਪੱਥਰ ਚੁੱਕਣ ਦਾ ਮੁਕਾਬਲਾ ਹੋ ਰਿਹਾ, ਚੁੱਕਣਾ ਮੈਂ ਸੋਨਾ ਜਾਊਗਾ ਫਿਰ ਚੁੱਕਣਾ। ਕਿਲੋ ਨਹੀਂ ਹੈਗਾ ਯਾਰ, ਸੋਨਾ 20 ਕਿਲੋ ਆ, ਇੱਕ ਜਣਾ ਵੀ ਹੁਣ ਮਿਲਾ ਹੋ ਮੈਂ ਤੇਰੇ ਮਗਰ ਨਾ ਚਲਾ ਯਾਰ, ਇੱਕ ਜਣਾ ਦੇਖੋ ਨਾ ਜਿਹਦਾ ਜਿੰਨੀ ਮਿਲਤੀ ਹੈਗੀ ਆ। ਚੁੱਕਣਾ ਪੱਥਰ ਸੱਤ ਮਰ ਗਏ ਪੂਰਾ ਮੁਕਾਬਲਾ ਚੱਲਿਆ ਗਿਆ ਪੱਥਰ ਚੁੱਕਣ ਦਾ। ਕਿੰਨੇ ਕਿਲੋ ਦਾ ਹੋਏਗਾ ਬੇਟਾ ਮੇਰਾ? ਬੱਲੇ ਵੀਰ ਦੇ ਸ਼ਾਬਾਸ਼ ਜੋਰ ਜਿਹੜੇ ਪਹਿਲਾਂ ਬਾਰੇ ਚੱਲਦੇ ਨੇ ਕੁਸ਼ਤੀਆਂ ਕਬੱਡੀਆਂ ਖੇਡਣੀਆਂ ਵਧੀਆ ਆਈ ਆ ਯਾਰ, ਕਾਫੀ ਵੀਰਾਂ ਨੇ ਯਾਰ ਚੁੱਕੇ ਆ। ਕਿੰਨਾ 40 ਕਿਲੋ ਹੋਣਾ ਯਾਰ, 40-50 ਕਿਲੋ ਹੈਗਾ ਕਿ ਨਹੀਂ ਪਤਾ ਨਹੀਂ, ਸਾਹਮਣੇ ਪੰਘੂੜੇ ਲੱਗੇ ਇੱਧਰ ਵੇਖੀ ਧਿਆਨ ਨਾਲ, ਇੱਧਰ ਪੈ ਜਾਂਦਾ ਉੱਧਰ ਵੀ ਚੱਲ ਜਾਂਦੇ ਆ। ਉੱਧਰੋਂ ਜਾਣਾ ਕਿੱਧਰੋਂ ਆਏ? ਰੋਡ ਬੜੇ ਵਧੀਆ, ਰੋਡ ਵੀ ਵਧੀਆ ਸਿੱਧਾ ਆ, ਵਧੀਆ ਯਾਰ ਲੱਡੂ ਕਰਾ ਰਹੇ ਹੈਂ, ਨਹੀਂ ਜਾਣ ਦਿੱਤਾ ਮੈਨੂੰ, ਇੱਦਾਂ ਨਹੀਂ ਨਾ ਜਾ ਮੈਨੂੰ ਪਰਮਿਸ਼ਨ ਤੋਂ ਬਗੈਰ ਨਹੀਂ, ਮੈਂ ਕਿਹਾ ਪਰਮਿਸ਼ਨ ਨਹੀਂ ਹੈਗੀ ਨਾ, ਇੱਧਰ ਰਾਹ ਬੰਦ ਲੱਗਣ ਡਿਆ ਮੈਨੂੰ ਹੈਂ। ਦਰਸ਼ਨ ਤੋਂ ਪਲਦਾਰੇ ਦਰਸ਼ਨ ਤੋਂ ਪਲਦਾਰੇ।
ਸਾਜ ਜਲ ਸਭ ਸੋਏ ਨਾਉ ਨਾਨਕ ਬਖਸ਼ੀਸ ਬੱਚਾ ਪ੍ਰਦੇਸ਼ਾਂ ਦੇ ਵਿੱਚ ਬੈਠਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖੀ ਦਾ ਦਾਨ ਬਖਸ਼ਿਸ਼ ਕਰਕੇ ਨਿਹਾਲ ਕਰੋ ਇੱਕ ਵਾਰੀ ਬੱਚੇ ਦਾ MBA ਦਾ 21 April ਨੂੰ ਪੇਪਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਬੱਚੇ ਨੂੰ ਪਾਸ ਕਰਵਾਓ ਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਪੰਛਦੀਪ ਦੇ ਨਾਂ ਤੋਂ ਅਰਦਾਸ ਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਮੰਗਲ ਸਿੰਘ ਨੂੰ ਪੋਤਰੇ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨੀ ਛੋਟੀ ਜੀ ਬੱਚੀ ਦਾ ਵੀਰਾ ਬਾਹਰ ਸਤਿਗੁਰੂ ਸੱਚੇ ਪਾਤਸ਼ਾਹ ਪੰਘੂੜੇ ਲੱਗੇ ਆ ਜੀ ਪਹੁੰਚੀ ਹੋਈ ਹੈ ਦਰਸ਼ਨ ਕਰ ਲਏ ਜੀ ਧੰਨਵਾਦ।